ਸਤਿਕਾਰਯੋਗ ਡਾਕਟਰ ਗੁਰਸ਼ਰਨਜੀਤ ਜੀ, ਜਿਹੜੇ ਅੱਜ ਦੇ ਸੈਮੀਨਾਰ ਦੇ ਚੇਅਰਪਰਸਨ ਨੇ। ਟਾਈਮ ਦਾ ਕੋਟਾ ਮਿਲ ਗਿਆ ਮੈਨੂੰ। ਡਾਕਟਰ ਗੁਰਸ਼ਰਨਜੀਤ ਜੀ, ਕਾਲਜ ਦੇ ਪ੍ਰਿੰਸੀਪਲ ਡਾਕਟਰ ਕੰਵਰਜੀਤ ਜੀ, ਡਾਕਟਰ ਸ਼ਮਸ਼ੇਰ ਸਿੰਘ ਜੀ, ਭਾਵਨਾ ਮਲਿਕ ਜੀ, ਉਹ ਡਿਵਨਿਟੀ ਕਾਲਜ ਦੀ ਡਿਵਨਿਟੀ ਸੁਸਾਇਟੀ ਦੇ ਟੀਚਰ ਸਾਹਿਬਾਨ, ਔਰ ਮੇਰੇ ਸਾਹਮਣੇ ਬੈਠੇ ਬਹੁਤ ਬਹੁਤ ਜਾਗਰੂਕ ਆਡੀਅੰਸ, ਕਾਲਜ ਦੇ ਬੱਚੇ ਬੱਚੀਆਂ, ਅੱਜ ਦੇ ਇਸ ਟੌਪਿਕ ਦੀ ਮੈਂ ਸਮਝਦਾ ਕਿ ਬਹੁਤ ਵੱਡੀ ਰੈਲੀਵੈਂਸ ਹੈ। ਔਰ ਜਦੋਂ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ ਤਾਂ ਪੂਰੇ ਗਲੋਬ ਦੇ ਵਿੱਚ ਸੋਸ਼ੋ ਇਕਨੋਮਿਕਸ ਕੀ ਹਾਲਾਤ ਨੇ, ਪਹਿਲੇ ਗਰਾਊਂਡ ਰਿਐਲਿਟੀ ਬਾਰੇ ਸਾਨੂੰ ਥੋੜ੍ਹਾ ਬਹੁਤ ਚਿੰਤਨ ਕਰਨਾ ਪਏਗਾ। ਮੇਰਾ ਜੋ ਥੋੜ੍ਹਾ ਬਹੁਤ ਮੈਂ ਲਿਖਿਆ ਉਹ ਸਾਰਾ ਆਪ ਜੀ ਕੋਲ ਹੈਗਾ, ਸਾਰਿਆਂ ਕੋਲ, ਕਿ ਅਸੀਂ ਅੱਜ 21ਵੀਂ ਸੈਂਚਰੀ ਦੇ ਵਿੱਚ ਵਿਚਰ ਰਹੇ ਹਾਂ ਔਰ ਦੁਨੀਆ ਬਹੁਤ ਅੱਗੇ ਜਾ ਚੁੱਕੀ ਹੈ, ਸੰਸਾਰ ਹੁਣ ਛੋਟਾ ਬਣ ਗਿਆ ਔਰ ਇੱਕ ਦੂਜੇ ਦੇ ਅਸੀਂ ਬਹੁਤ ਨੇੜੇ ਹੋ ਚੁੱਕੇ ਹਾਂ। ਹੁਣ ਕਿਸੇ ਵੀ ਗੱਲ ਨੂੰ ਦਲੀਲ, ਗਿਆਨ ਅਤੇ ਵਿਚਾਰ ਤੋਂ ਬਿਨਾਂ, ਨਿਰੀ ਧਾਰਮਿਕ ਸੋਚ ਨਾਲ ਅਸੀਂ ਪ੍ਰਵਾਨ ਨਹੀਂ ਕਰ ਸਕਦੇ, ਨਾ ਕੀਤਾ ਜਾ ਸਕਦਾ। ਔਰ ਅੱਜ ਦੇ ਇਸ ਮਾਹੌਲ ਵਿੱਚ ਇਹ ਜਾਣਨਾ ਮੁਸ਼ਕਿਲ ਨਹੀਂ ਕਿ ਕਿਸੇ ਵੀ ਧਰਮ ਦੀ ਸੱਚੀ ਅਤੇ ਸਹੀ ਆਦਰਸ਼ ਜਿਹੜੇ ਨੇ ਉਸ ਧਰਮ ਦੀ ਖੂਬਸੂਰਤੀ ਬਣ ਸਕਦੀ ਹੈ, ਬਸ਼ਰਤੀ ਕਿ ਉਹ ਜਿਹੜੇ ਆਦਰਸ਼ ਨੇ ਉਹ ਲੋਕਾਂ ਤੱਕ ਪਹੁੰਚਣ। ਇਸ ਲਈ ਧਰਮਾਂ ਦੇ ਉੱਚੇ ਆਦਰਸ਼ ਨੂੰ ਅਤੇ ਬੁਨਿਆਦੀ ਪੱਖਾਂ ਨੂੰ ਰੋਸ਼ਨ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਨਸਾਨ ਨੂੰ ਇਨਸਾਨੀਅਤ ਦੇ ਘੇਰੇ ਵਿੱਚ ਬਣਾਈ ਰੱਖਣ ਲਈ ਧਰਮ ਗ੍ਰੰਥਾਂ ਦੀ, ਸਕ੍ਰਿਪਚਰ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਔਰ ਇਸ ਸੰਦਰਭ ਵਿੱਚ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਵੱਲੋਂ ਇਸ ਵਿਸ਼ੇ 'ਤੇ ਕਿ ਰੈਲੀਵੈਂਸ ਆਫ ਗੁਰੂ ਗ੍ਰੰਥ ਸਾਹਿਬ ਇਨ ਸੋਸ਼ੋ ਇਕਨੋਮਿਕ ਸਨੈਰੀਓ ਬਾਰੇ ਸੈਮੀਨਾਰ ਕਰਵਾਉਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਨੂੰ ਰੋਸ਼ਨ ਕਰਨ ਦੀ ਇੱਕ ਬੜੀ ਵੱਡੀ ਕੋਸ਼ਿਸ਼ ਹੈ। ਮੈਂ ਸਭ ਤੋਂ ਪਹਿਲਾਂ ਪੂਰੇ ਕਾਲਜ ਦੇ ਪ੍ਰਿੰਸੀਪਲ ਮੈਮ ਨੂੰ ਔਰ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਆਫਰੀਨ ਹੈ, ਬੜੀ ਪ੍ਰਸ਼ੰਸਾ ਕਰਦਾ। ਹੁਣ ਮੈਂ ਗਰਾਊਂਡ ਰਿਐਲਿਟੀ ਜੋ ਅੱਜ ਸਾਡੇ ਆਸ ਪਾਸ ਹੋ ਰਿਹਾ, ਥੋੜ੍ਹਾ ਜਿਹਾ ਅਸੀਂ ਉਸ ਬਾਰੇ ਸੋਚੀਏ ਕਿ ਅੱਜ ਦੇ ਇਸ ਮਨੁੱਖੀ ਸਮਾਜ ਅਤੇ ਮਨੁੱਖੀ ਜੀਵਨ ਵਿੱਚ ਬੜੇ ਗੰਭੀਰ ਸੰਕਟ ਸਾਹਮਣੇ ਆ ਰਹੇ ਨੇ। ਕਦੀ ਥੋੜ੍ਹੀ ਬਹੁਤ ਪਰਿਕਰਮਾ ਕਰੀਏ ਆਪਣੇ ਆਪ ਦੀ, ਅਤੇ ਸਾਨੂੰ ਰੋਜ਼ ਇਹਨਾਂ ਗੱਲਾਂ ਦਾ ਅਹਿਸਾਸ ਹੋ ਰਿਹਾ ਕਿ ਇਸ ਸੰਕਟ ਦਾ ਜਿਹੜਾ ਸਭ ਤੋਂ ਗੰਭੀਰ ਪੱਖ ਹੈ ਉਹ ਹੈ ਸੋਸ਼ੋ ਇਕਨੋਮਿਕ ਸਿਸਟਮ। ਅਬ ਦੁਨੀਆ ਵਿੱਚ ਦੋ ਹੀ ਸਿਸਟਮ ਜਿਹੜੇ ਨੇ ਅੱਜ ਇਕਨੋਮਿਕਸ ਨਾਲ ਜੁੜੇ ਜਿਹੜੇ ਚੱਲ ਰਹੇ ਨੇ, ਮੈਂ ਵਾਰ ਵਾਰ ਸਾਡੀਆਂ ਕਲਾਸਾਂ ਵਿੱਚ ਵੀ ਅਸੀਂ ਇਹ ਗੱਲ ਕਰਦੇ ਹਾਂ, ਇੱਕ ਕੈਪੀਟਲਿਜ਼ਮ ਔਰ ਇੱਕ ਸੋਸ਼ਲਿਜ਼ਮ। ਲੇਕਿਨ ਜਿਹੜੀ ਅੱਜ ਵਾਰ ਵਾਰ ਫਿਰ ਮੈਂ ਉਸ ਗੱਲ 'ਤੇ ਆਵਾਂਗਾ, ਗਰਾਊਂਡ ਰਿਐਲਿਟੀ 'ਤੇ ਆਈਏ ਕਿ ਇਸ ਨਾਲ ਪੂਰੇ ਗਲੋਬ ਦੇ ਵਿੱਚ ਜਿੱਥੇ ਅੱਤਵਾਦ, ਵੱਖਵਾਦ, ਖਿੱਤਾਵਾਦ, ਨਿੱਜਵਾਦ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬਿਮਾਰੀਆਂ, ਨਸ਼ੇ, ਪ੍ਰਦੂਸ਼ਣ ਔਰ ਬਹੁਤ ਵੱਡਾ ਜਿਹੜਾ ਹੋਰ ਇਸਤਰੀਆਂ ਨਾਲ ਜ਼ਿਆਦਤੀਆਂ ਵਰਗੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸਾਡੇ ਸਾਹਮਣੇ ਆ ਰਹੀਆਂ ਨੇ, ਔਰ ਇਹ ਸਾਰੀਆਂ ਪ੍ਰੋਬਲਮਸ ਦਾ ਮੁੱਖ ਕਾਰਨ ਹੈ ਮਨੁੱਖੀ ਮੈਂਟੈਲਿਟੀ। ਔਰ ਜਿਸ ਕਰਕੇ ਅੱਜ ਦੀ ਵਿਵਸਥਾ ਅਤੇ ਵਿਧਤਾ ਅਸੀਂ ਆਮ ਦੇਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕਿ ਆਪਣੀ ਸਾਡੀ ਜਿਹੜੀ ਇਹ ਸਿਸਟਮ ਚੱਲ ਰਿਹਾ, ਜਿਹੜੀ ਵਿਵਸਥਾ ਹੈ, ਇਹਦੇ ਵਿੱਚ ਵਿਦਵਾਨਾਂ ਔਰ ਵਿਧਤਾ ਵਾਲੇ ਲੋਕਾਂ ਨਾਲੋਂ ਅਨਪੜ੍ਹ ਪਰ ਅਮੀਰ ਬੰਦਿਆਂ ਦੀ ਜਿਹੜੀ ਹੈ ਉਹ ਜ਼ਿਆਦਾ ਇੱਜ਼ਤ ਹੋ ਰਹੀ ਹੈ।
ਅਸੀਂ ਆਮ ਦੇਖਦੇ ਹਾਂ। ਹੁਣ ਗਲੋਬਲ ਵਿਲੇਜ ਦੀ ਗੱਲ ਕਰ ਰਹੇ ਹਾਂ ਤਾਂ ਵਿਸ਼ਵ ਇੱਕ ਘਰ ਬਣ ਗਿਆ, ਛੋਟਾ ਜਿਹਾ ਘਰ ਪਰ ਘਰ ਬਿਖਰ ਰਿਹਾ। ਅਸੀਂ ਦੇਖਦੇ ਹਾਂ ਪਰਿਵਾਰਾਂ ਵਿੱਚ ਮਨੁੱਖੀ ਰਿਸ਼ਤੇ ਟੁੱਟ ਰਹੇ ਨੇ, ਧਰਮ ਕਰਮ ਵਿਰਾਸਤ ਸੱਭਿਆਚਾਰ ਮਨੁੱਖ ਪ੍ਰਤੀ ਮਨੁੱਖ ਦੇ ਫਰਜ਼ ਵਿਸਰਦੇ ਜਾ ਰਹੇ ਨੇ। ਸਰੀਰਕ ਸੁੱਖਾਂ ਦਾ ਵਿਕਾਸ ਜਿਹੜਾ ਇਹ ਉੱਤੇ ਜਾ ਰਿਹਾ, ਲੇਕਿਨ ਮਨੁੱਖਤਾ ਦਾ ਵਿਕਾਸ ਸਤਰ ਦਿਨ ਬ ਦਿਨ ਧਰਾਤਲ ਵਿੱਚ ਜਾ ਰਿਹਾ। ਔਰ ਇਹ ਸਾਰੀਆਂ ਜਿਹੜੀਆਂ ਮਨੁੱਖ ਨੂੰ ਇਸ ਪਰਮਾਤਮਾ ਨੇ ਕੁਦਰਤੀ ਸ਼ਕਤੀਆਂ ਪ੍ਰਦਾਨ ਕੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਪੈਸਾ ਸੁੱਖ ਸਿਵਦਾ ਅਤੇ ਨਿੱਜੀ ਸਵਾਰਥਾਂ ਵਿੱਚ ਖਪਤ ਹੋ ਰਿਹਾ। ਅੱਜ ਪੂਰੀ ਕਾਇਨਾਤ ਲਈ ਇੱਕ ਮਹਾਂ ਸੰਕਟ ਬਣਦਾ ਜਾ ਰਿਹਾ। ਮਨੁੱਖ ਆਪਣੀ ਅਕਲ ਦੇ ਸਿਰ 'ਤੇ ਟੈਕਨੋਲੋਜੀ ਨਾਲ ਐਸੀਆਂ ਐਸੀਆਂ ਮਸ਼ੀਨਾਂ ਬਣਾ ਦਿੱਤੀਆਂ ਨੇ ਕਿ ਉਹ ਆਪਣੀ ਇਸ ਤਾਕਤ ਨਾਲ, ਇਹਨਾਂ ਮਸ਼ੀਨਾਂ ਨਾਲ ਆਪ ਅਧੂਰੀ ਕਰ ਰਿਹਾ। ਔਰ ਐਸੇ ਐਸੇ ਐਕਸਪੈਰੀਮੈਂਟਸ ਹੋ ਰਹੇ ਨੇ ਜਿਸ ਨਾਲ ਦੁਨੀਆ ਦੀ ਹੋਂਦ ਔਰ ਹਸਤੀ ਜਿਹੜੀ ਹੈ ਉਹ ਖਤਰਾ ਬਣ ਚੁੱਕਿਆ। ਇਸ ਤਰ੍ਹਾਂ ਅੱਜ ਦੇ ਦੌਰ ਦੇ ਜਿਹੜਾ ਵਰਗ ਤਾਕਤ ਵਿੱਚ ਹੁੰਦਾ ਉਹ ਆਪਣੇ ਰਾਜਨੀਤਿਕ ਅਤੇ ਆਰਥਿਕ ਬਲ ਨਾਲ, ਪੈਸੇ ਨਾਲ ਦੂਜੇ ਵਰਗਾਂ 'ਤੇ ਉਹਨਾਂ ਦੇ ਉਦੇਸ਼ਾਂ ਔਰ ਉਹਨਾਂ ਦੀਆਂ ਵਿਚਾਰਧਾਰਾਵਾਂ ਸਮੇਤ ਉਹਨਾਂ ਨੂੰ ਦਬਾ ਲੈਂਦਾ ਔਰ ਆਪਣੀ ਵਿਚਾਰਧਾਰਾ ਸਥਾਪਿਤ ਕਰ ਲੈਂਦਾ। ਔਰ ਇਹਦੀ ਬੜੀ ਵਧੀਆ ਮਿਸਾਲ ਮੈਂ ਇਸਲਾਮ ਦੀ ਦੱਸਾਂਗਾ ਕਿ ਜਿਸ ਨੇ ਆਪਣੇ ਬਲ ਨਾਲ ਯੂਨਾਨ ਔਰ ਇਰਾਨ ਵਰਗੀਆਂ ਤਹਿਜ਼ੀਬਾਂ ਨੂੰ ਖਤਮ ਕਰ ਦਿੱਤਾ ਸੀ। ਅੱਜ ਵਿਸ਼ਵ ਵਿੱਚ ਵਿਕਸਿਤ ਪੂੰਜੀਵਾਦ ਅਤੇ ਸਮਾਜਵਾਦ ਜਿਹਦੀ ਮੈਂ ਪਹਿਲੇ ਗੱਲ ਚਰਚਾ ਕੀਤੀ ਹੈ, ਇਹ ਦੋ ਹੀ ਮੁੱਖ ਪ੍ਰਬੰਧ ਨੇ ਔਰ ਇਹਨਾਂ ਦੋਨਾਂ ਪ੍ਰਬੰਧਾਂ ਨਾਲ ਸਮਾਜਿਕ ਅਤੇ ਆਰਥਿਕ ਸੰਗਠਨਾਂ ਵਿੱਚ ਜੁੜੇ ਹੋਏ ਹਨ। ਔਰ ਇਹਨਾਂ ਨੂੰ ਇਸ ਪੂੰਜੀ ਨੂੰ ਵਧਾਉਣ ਲਈ, ਕੈਪੀਟਲਿਜ਼ਮ ਦਾ ਤਾਂ ਆਈਡੀਆ ਲਈ ਇਹ ਹੁੰਦਾ ਕਿ ਪੈਸਾ ਕਮਾਉਣਾ, ਹੋਰ ਅੱਗੇ ਜਾਣਾ। ਔਰ ਜਿਹੜੀ ਬਦਕਿਸਮਤੀ ਹੈ ਕਿ ਇਸ ਕੈਪੀਟਲਿਜ਼ਮ ਸਿਸਟਮ ਦੇ ਵਿੱਚ ਸਾਡਾ ਸਾਰਾ ਪੋਲੀਟੀਕਲ ਸਿਸਟਮ, ਸਾਡੀ ਸਾਰੀ ਸੁਸਾਇਟੀ, ਸਾਡਾ ਸਾਰਾ ਜਿਹੜਾ ਇਵਨ ਧਾਰਮਿਕ ਜਿਹੜਾ ਸਿਸਟਮ ਹੈ, ਗੁਰਦੁਆਰੇ ਵੀ, ਮੰਦਰ ਵੀ, ਮਸਜਿਦ, ਇਹ ਸਭ ਇਕਨੋਮਿਕਸ ਨਾਲ ਜੁੜ ਗਏ ਨੇ। ਔਰ ਇੱਥੋਂ ਤੱਕ ਕਿ ਸਾਡੀ ਯੂਨੀਵਰਸਿਟੀ ਤੋਂ ਮੇਰਾ ਮਤਲਬ ਐਜੂਕੇਸ਼ਨ ਸਿਸਟਮ ਹੈ, ਇਹ ਵੀ ਟੋਟਲ ਅਤੇ ਟੋਟਲ ਇਕਨੋਮਿਕਸ ਨਾਲ ਜੁੜ ਗਿਆ। ਪਰ ਬੱਚਿਆਂ ਨੂੰ ਕਦਰਾਂ ਕੀਮਤਾਂ ਕਿਵੇਂ ਸਿਖਾਉਣੀਆਂ ਨੇ, ਮੈਨੂੰ ਲੱਗਦਾ ਨਹੀਂ ਕਿ ਯੂਨੀਵਰਸਿਟੀਜ਼ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਜੇ ਗੱਲ ਆ ਪਾਈ ਹੈ। ਔਰ ਜਿਹੜੀ ਮੈਂਟੈਲਿਟੀ ਹੈ ਉਸ ਦੇ ਨਾਲ, ਜਿਹੜੀ ਇਹ ਪੂੰਜੀ ਵਧਾਉਣ ਦੀ ਮੈਂਟੈਲਿਟੀ ਹੈ, ਉਸ ਨਾਲ ਜਿਹੜਾ ਬਹੁਤ ਵੱਡਾ ਇਸ ਧਰਤੀ ਦੇ ਉੱਤੇ ਇੱਕ ਸੰਕਟ ਆ ਰਿਹਾ ਉਹ ਇਨਵਾਇਰਮੈਂਟ ਦਾ ਹੈ। ਅਸੀਂ ਨੇਚਰ ਨੂੰ ਇਤਨਾ ਵਾਇਲੇਟ ਕਰ ਰਹੇ ਹਾਂ ਕਿ ਇਸ ਦੇ ਨਤੀਜੇ ਅਸੀਂ ਹੁਣ ਦੇਖ ਰਹੇ ਹਾਂ ਕਿ ਜੋ ਯੂਰਪ ਵਿੱਚ ਹੋ ਰਿਹਾ ਜਾਂ ਜੋ ਕੁਛ ਵੀ ਹੋ ਰਿਹਾ। ਹੁਣ ਜਿਸ ਨਾਲ ਧਰਤੀ ਦੀ ਹੋਂਦ ਖਤਰੇ ਵਿੱਚ ਆ ਚੁੱਕੀ ਹੈ ਔਰ ਇਸ ਦੇ ਨਾਲ ਜਿਸ ਵਰਗ ਦੇ ਹੱਥ ਵਿੱਚ ਪੂੰਜੀ ਨਿਵੇਸ਼ ਅਤੇ ਵਿਸਥਾਰ ਦੇ ਸਾਧਨ ਹੋਣਗੇ, ਉਸ ਵਰਗ ਦੇ ਸੱਭਿਆਚਾਰ ਦਾ ਬੋਲਬਾਲਾ ਹੋਵੇਗਾ, ਜਿਸ ਦਾ ਨਤੀਜਾ ਅੱਜ ਇੱਕ ਵਿਸ਼ਵ ਪਿੰਡ ਜਿਹੜੀ ਸਿੰਗਲ ਦੀ ਗੱਲ ਚੱਲ ਰਹੀ ਹੈ ਕਿ ਇੱਕ ਵਿਸ਼ਵ ਪਿੰਡ, ਇੱਕ ਸੱਭਿਆਚਾਰ, ਇੱਕ ਵਿਸ਼ਵ ਵਿਵਸਥਾ, ਇੱਕ ਵਿਸ਼ਵ ਆਰਥਿਕਤਾ ਆਦਿ ਦੀ ਨਿੱਤ ਵਰਤੋਂ ਦੇ ਸ਼ਬਦ ਬਣ ਚੁੱਕੇ ਹਨ, ਜਿਸ ਨਾਲ ਲੋਕਾਂ ਦੀ ਜਿਹੜੀ ਮਾਨਸਿਕ ਬੇਚੈਨੀ ਔਰ ਅਰਾਜਕਤਾ ਜਿਹੜੀ ਪੈਦਾ ਹੋ ਰਹੀ ਹੈ, ਸਮਾਜਿਕ ਵਖਰੇਵੇਂ ਵੱਧ ਰਹੇ ਹਨ। ਮਨੁੱਖਤਾ ਦਾ ਵਿਕਾਸ ਹੋ ਰਿਹਾ ਪਰ ਵਿਕਾਸ ਨਹੀਂ ਹੋ ਰਿਹਾ। ਹੁਣ ਇੱਥੇ ਵਿਕਾਸ ਦਾ ਜਿਹੜਾ ਗਿਆਨ ਸ਼ਾਸਤਰ ਹੈ ਉਹ ਅਲੱਗ ਹੈ ਔਰ ਵਿਕਾਸ ਦਾ ਅਲੱਗ ਹੈ। ਵਿਕਾਸ ਜਿਹੜਾ ਇਹ ਸਰੀਰਕ ਸੁੱਖ ਸੁਵਿਧਾਵਾਂ ਨਾਲ ਹੁੰਦਾ ਔਰ ਵਿਕਾਸ ਜਿਹੜਾ ਇਹ ਮਾਨਸਿਕ ਵਿਕਾਸ ਨਾਲ ਵਿਕਾਸ ਜੁੜਦਾ। ਔਰ ਮੈਨੂੰ ਯਾਦ ਆ ਰਿਹਾ, ਮੈਂ ਲਿਖਿਆ ਵੀ ਹੈ ਕਿ ਅਮਰੀਕਾ ਦੇ ਪ੍ਰੈਜੀਡੈਂਟ ਨਿਕਸਨ ਨੇ ਇੱਕ ਵਾਰ ਇਹ ਗੱਲ ਕਹੀ ਸੀ ਕਿ ਸਾਇੰਸ ਦੀ ਮਦਦ ਨਾਲ ਮਨੁੱਖ ਚੰਦ 'ਤੇ ਪਹੁੰਚ ਗਿਆ, ਇਹ ਕੋਈ ਉਪਲਬਧੀ ਨਹੀਂ ਹੈ। ਉਪਲਬਧੀ ਉਸ ਦਿਨ ਹੋਏਗੀ ਜਿਸ ਦਿਨ ਮਨੁੱਖ ਆਪਣੇ ਮਨ ਤੱਕ ਪਹੁੰਚੇਗਾ। ਕੱਲ੍ਹ ਦੀ ਸਿੱਖ ਰਿਵਿਊ ਦੇ ਵਿੱਚ ਮੈਂ ਪੜ੍ਹ ਰਿਹਾ ਸੀ, ਬੜੀ ਕਮਾਲ ਦੀ ਅੱਜ ਦੇ ਟੋਪਿਕ ਨਾਲ ਮਿਲਦੀ ਜੁਲਦੀ ਗੱਲ ਮਿਲ ਗਈ ਮੈਨੂੰ,
ਕਿ ਲੰਡਨ ਦਾ ਇੱਕ ਬੜਾ ਵੱਡਾ ਪ੍ਰੈਸਟੀਜੀਅਸ ਵੀਕਲੀ ਇਕਨੋਮਿਸਟ ਦੀ ਮਿਲੇਨੀਅਮ ਇਸ਼ੂ ਕੱਢਿਆ ਗਿਆ, 1000ਵਾਂ ਇਸ਼ੂ, ਔਰ ਉਸ ਵਿੱਚ ਉਹਨਾਂ ਨੇ ਇੱਕ ਬੜਾ ਪ੍ਰੋਵੋਕੇਟਿਵ ਕਾਲਮ ਬਣਾਇਆ ਓਬਿਚਰੀ ਦਾ, ਅੰਤਿਮ ਅਰਦਾਸ, ਗੋਡ ਦੀ, ਪਰਮਾਤਮਾ ਦੀ ਅੰਤਿਮ ਅਰਦਾਸ ਦਾ ਓਬਿਚਰੀ, ਅਤੇ ਥੱਲੇ ਉਹ ਇੱਕ ਕੈਪਸ਼ਨ ਲਿਖਦੇ ਨੇ ਕਿ ਵੈਨ ਯੂਅਰ ਫਰੈਂਡ ਸਟਾਰਟ ਲੁਕਿੰਗ ਫਾਰ ਪਰੂਫ ਆਫ ਯੂਅਰ ਐਗਜ਼ਿਸਟੈਂਸ ਯੂ ਆਰ ਹੈਡਿੰਗ ਫਾਰ ਟ੍ਰਬਲ। ਅਗਰ ਇਤਨੀਆਂ ਜੇ ਪਰਮਾਤਮਾ ਹੈ ਔਰ ਇਤਨੀਆਂ ਮਨੁੱਖਤਾ ਨੂੰ ਇਤਨੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਤਨੇ ਵੱਖਵਾਦ ਨੇ, ਇਤਨਾ ਗੈਪ ਹੈ ਸੁਸਾਇਟੀਆਂ ਦੇ ਵਿੱਚ, ਤਾਂ ਫਿਰ ਉਹ ਕਹਿੰਦੇ ਨੇ ਕਿ ਰੱਬਾ ਤੂੰ ਹੁਣ ਲੱਗਦਾ ਨਹੀਂ ਕਿ ਤੇਰੀ ਐਗਜ਼ਿਸਟੈਂਸ ਹੈ, ਕਿ ਯੂ ਆਰ ਹੈਡਿੰਗ ਫਾਰ ਟ੍ਰਬਲ। ਔਰ ਇਹ ਇਕਨੋਮਿਕਸ ਦੇ ਨਾਲ ਜੁੜਿਆ ਹੋਇਆ ਮੈਗਜ਼ੀਨ ਹੈ, ਔਰ ਇਸ ਨੇ ਇਸ ਦੇ ਵਿੱਚ ਇਹ ਮਿਲੇਨੀਅਮ ਇਸ਼ੂ ਦੇ ਵਿੱਚ ਇਹ ਗੱਲ ਛਾਪੀ ਕਿ ਉਹ ਕਹਿੰਦਾ ਅੱਗੇ ਕਿ ਪਰਮਾਤਮਾ ਇਹ ਤੇਰਾ ਆਪਣਾ ਕਸੂਰ ਹੈ, ਅਣਗਿਣਤ ਵੱਖ ਵੱਖ ਧਰਮ ਤੈਨੂੰ ਆਪਣੇ ਆਪਣੇ ਤਰੀਕੇ ਨਾਲ ਮੰਨਦੇ ਨੇ, ਪਰ ਅਲੱਗ ਅਲੱਗ ਆਸਥਾ ਰੱਖਦੇ ਨੇ, ਅਲੱਗ ਅਲੱਗ ਵਿਚਾਰ ਰੱਖਦੇ ਨੇ, ਪਰ ਆਪਸ ਵਿੱਚ ਇੱਕ ਦੂਜੇ ਨਾਲ ਲੜ ਰਹੇ ਨੇ, ਨਫ਼ਰਤ ਕਰਦੇ ਨੇ, ਔਰ ਪਰਮਾਤਮਾ ਤੂੰ ਇਹਨਾਂ ਨੂੰ ਰੋਕ ਵੀ ਨਹੀਂ ਰਿਹਾ। ਤੋ ਅੱਜ ਦੇ ਜਿਹੜੇ ਮੈਨੂੰ ਲੱਗਦਾ ਹੈ ਕਿ ਇਸ ਇਕਨੋਮਿਕਸ ਦੇ ਜਿਹੜਾ ਐਡੀਟਰ ਹੈ, ਇਸ ਨੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਸ਼ਾਇਦ ਸਟੱਡੀ ਨਹੀਂ ਕੀਤੀ ਹੋਵੇਗੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਇਟ ਰਿਲੇਟਸ ਟੂ ਹੋਲ ਕੋਸਮਿਕ, ਪੂਰੀ ਯੂਨੀਵਰਸ ਨਾਲ ਇਸ ਦਾ ਸੰਬੰਧ ਹੈ। ਤੋ ਗੁਰੂ ਗ੍ਰੰਥ ਸਾਹਿਬ ਅਨੁਸਾਰ ਜੋ ਹੈ ਪਰਮਾਤਮਾ ਜਿਹੜਾ ਸਾਰੀ ਲੁਕਾਈ ਦਾ ਇੱਕੋ ਹੈ, ਪੂਰੀ ਯੂਨੀਵਰਸ ਦਾ ਹੈ, ਇਹ ਪੇੜ, ਇਹ ਪੌਦੇ, ਇਹ ਸਾਰੀ ਬਨਸਪਤੀ, ਇਹ ਜਾਨਵਰ, ਇਹ ਪੂਰੀ ਮਨੁੱਖ ਜਾਤੀ, ਇਹ ਸਾਰੀ ਦੀ ਸਾਰੀ ਪਰਮਾਤਮਾ ਦੀ ਜਿਹੜੀ ਇਹ ਲਾਈਫ ਫਾਰਮ ਹੈ। ਗੋਡ ਕ੍ਰੀਏਟਿਡ ਦਿਸ ਯੂਨੀਵਰਸ ਆਊਟ ਆਫ ਹਿਮਸੈਲਫ ਫਾਰ ਹਿਮਸੈਲਫ। ਤੋ ਹੁਣ ਪ੍ਰਸ਼ਨ ਇਹ ਹੈ ਕਿ ਇਸ ਅੰਨੇ ਔਰ ਬੋਲੇ ਜਿਹੜਾ ਹੈ ਕੈਪੀਟਲਿਜ਼ਮ ਦਾ ਔਰ ਜੋ ਇਹ ਸੋਸ਼ਲਿਜ਼ਮ ਦਾ ਪ੍ਰਭਾਵ ਹੈ, ਇਸ ਨੂੰ ਵਿਕਾਸ ਵੱਲ ਕਿਵੇਂ ਲਿਜਾਂਦਾ ਜਾਵੇ, ਔਰ ਇਸ ਪ੍ਰਸੰਗ ਵਿੱਚ ਜਿਹੜੇ ਅੱਜ ਦੇ ਵਿਦਵਾਨ ਨੇ ਉਹਨਾਂ ਦੀ ਇਹ ਸੋਚ ਚੱਲ ਰਹੀ ਹੈ ਕਿ ਇੱਕ ਐਸਾ ਧਾਰਮਿਕ ਮਾਡਲ ਸਾਹਮਣੇ ਲਿਆਂਦਾ ਜਾਵੇ ਜਿਹੜਾ ਮਨੁੱਖ ਦੀ ਸਮਾਜਿਕ ਅਤੇ ਆਰਥਿਕ ਲੋੜਾਂ ਦੀ ਗੱਲ ਕਰਦਾ ਹੋਵੇ, ਔਰ ਫਿਰ ਇਹੋ ਜਿਹਾ ਧਾਰਮਿਕ ਮਾਡਲ ਸ਼੍ਰੀ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਬਹੁ ਕੌਮੀ ਔਰ ਬਹੁ ਸੱਭਿਆਚਾਰਕ ਸਿਧਾਂਤਾਂ ਦਾ ਮਾਡਲ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਬਹੁ ਕੌਮੀ ਮਤਲਬ ਪਲੂਰਿਸਟਿਕ, ਔਰ ਮੈਂ ਇਹ ਜਦੋਂ ਕਾਰਡ ਪੜ੍ਹ ਰਿਹਾ ਸੀ ਤੁਹਾਡਾ, ਤਾਂ ਪ੍ਰਤਿਭਾ ਦੇਵੀ ਸਿੰਘ ਪਾਟਿਲ ਪ੍ਰੈਜ਼ੀਡੈਂਟ ਜੀ ਨੇ ਸਾਡੇ ਬੜਾ ਗਜ਼ਬ ਦੀਆਂ ਚਾਰ ਲਾਈਨਾਂ, ਡਿਵਿਨਿਟੀ ਸੁਸਾਇਟੀ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਦ ਵਿਜ਼ਨ ਕੰਟੇਨਡ ਇਨ ਦਾ ਗੁਰਬਾਣੀ ਵਿਲ ਬੀ ਇੰਪੋਰਟੈਂਟ ਇਨ ਪਲੂਰਿਸਟਿਕ ਸੁਸਾਇਟੀ ਐਂਡ ਫਾਰ ਬਿਲਡਿੰਗ ਬ੍ਰਿਜਿਸ ਆਫ ਅੰਡਰਸਟੈਂਡਿੰਗ ਇਨ ਅਵਰ ਮਲਟੀ ਹਿਊਡ ਵਰਡਸ। ਕਿ ਇਹ ਜਿਹੜਾ ਬਹੁ ਸੱਭਿਆਚਾਰ, ਬਹੁ ਸਿਧਾਂਤਾਂ ਦੇ ਜਿੱਥੇ ਮਾਡਲ ਹੈ, ਉੱਥੇ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੱਲ ਹੈ, ਔਰ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਇੱਕ ਇਹਦੀ ਜਿਹੜੀ ਵਿਚਾਰਧਾਰਾ ਹੈ, ਇੱਕ ਵੰਡਰ ਹੈ, ਚਮਤਕਾਰ ਹੈ। ਪਰ ਸਿਰਫ ਇਹਦੇ ਵਿੱਚ ਜਿਹੜੀ ਗੱਲ, ਵੱਡੀ ਗੱਲ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਸ ਯੋਗਦਾਨ ਨੂੰ ਪੂਰੀ ਦੁਨੀਆ ਦੇ ਵਿੱਚ, ਪੂਰੇ ਗਲੋਬ ਦੇ ਵਿੱਚ ਇਸ ਭਾਈਚਾਰੇ ਨੂੰ ਅਸੀਂ ਸਾਂਝਾ ਨਹੀਂ ਕੀਤਾ। ਔਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ, ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਇਸ ਵਿੱਚ ਵਿਕਾਸ ਦਾ ਗਿਆਨ ਸ਼ਾਸਤਰ ਜਿਹੜਾ ਉਹ ਵਨ ਸਵੰਨਤਾ ਵਿੱਚ ਹੈ। ਵਨ ਸਵੰਨਤਾ ਵਿੱਚ ਤਾਜ਼ਗੀ ਹੁੰਦੀ ਹੈ, ਨਰੋਇਆਪਨ ਹੁੰਦਾ, ਔਰ ਜ਼ਿੰਦਗੀ ਹੁੰਦੀ ਹੈ, ਜਿਹੜੀ ਵੇ ਆਫ ਲਾਈਫ ਦੀ ਹੁਣ ਅਸੀਂ ਗੱਲ ਜਿਹੜੀ ਪਹਿਲੇ ਕੀਤੀ ਹੈ। ਹੁਣ ਅਸੀਂ ਵਿਚਾਰ 'ਚ ਕਰੀਏ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ ਮਨੁੱਖਤਾ ਨੂੰ ਵਿਕਾਸ ਅਤੇ ਵਿਕਾਸ ਪ੍ਰਦਾਨ ਕਰ ਸਕਦੇ ਨੇ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨੁੱਖੀ ਜੀਵਨ ਵਿੱਚ, ਸਮਾਜ ਵਿੱਚ ਪੈਦਾ ਹੋਈਆਂ ਸਭ ਪ੍ਰੋਬਲਮਸ ਦਾ, ਸਭ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਟਾਕਰਾ ਕਰਨ ਲਈ ਹਿਦਾਇਤ ਹੈ।
ਔਰ ਸਿਰਫ ਨਿੱਜੀ ਚਰਿੱਤਰ ਦੀ ਗੱਲ ਨਹੀਂ ਕੀਤੀ, ਇੱਥੇ ਸਮਾਜਿਕ ਆਰਥਿਕ ਵਾਤਾਵਰਨ ਵੀ ਬਦਲ ਦੇਣ ਦੀ ਸੇਧ ਹੈ। ਔਰ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਨਵੇਂ ਭਾਈਚਾਰੇ ਦੀ ਸਿਰਜਣਾ ਦਾ ਆਧਾਰ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਸਿਧਾਂਤਾਂ ਬਾਰੇ ਵਿਚਾਰ ਕਰੀਏ ਤਾਂ ਉਹ ਕੁਝ ਸਮੱਸਿਆਵਾਂ ਜਿਹੜੀਆਂ ਉਹਦਾ ਨਿਦਾਨ ਕਿਵੇਂ ਹੋ ਸਕਦਾ ਹੈ। ਉਸ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਸਿਨੈਰੀਓ ਦੇ ਵਿੱਚ ਜਿਹੜੀ ਸੋਸ਼ਲ ਔਰ ਇਕਨੋਮਿਕਸ ਦੀ ਗੱਲ ਹੈ, ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਨੂੰ ਜੋ ਰੈਲੀਵੈਂਟ ਲੱਗਿਆ ਉਹਦੇ 'ਚ ਇਕੁਐਲਿਟੀ ਐਂਡ ਹਿਊਮੈਨਿਟੀ ਹੈ, ਮਨੁੱਖੀ ਬਰਾਬਰੀ ਦਾ ਜਿਹੜਾ ਸਿਧਾਂਤ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅੱਜ ਲੈਣਾ ਬੜਾ ਜ਼ਰੂਰੀ ਹੈ ਕਿ ਅੱਜ ਸਾਡੇ ਸਮਾਜ ਵਿੱਚ ਭਾਵੇਂ ਅਸੀਂ 21ਵੀਂ ਸੈਂਚਰੀ 'ਚ ਪਹੁੰਚ ਗਏ ਹਾਂ। ਮੈਂ ਵਾਰ ਵਾਰ ਕਹਿੰਦਾ ਕਿ ਚੰਨ ਔਰ ਮੰਗਲ ਗ੍ਰਹਿ 'ਤੇ ਕਲੋਨੀਆਂ ਬਣਾਉਣ ਦੀਆਂ ਗੱਲਾਂ ਅੱਜ ਸੋਚ ਰਿਹਾ, ਪਰ ਕਿੱਥੇ ਨਾ ਕਿੱਥੇ ਵਰਨਾ ਦੀ, ਜਾਤ ਪਾਤ ਦੀ, ਊਚ ਨੀਚ ਦੀ, ਵਖਰੇਵਿਆਂ ਦੀ, ਵਿਤਕਰਿਆਂ ਦਾ ਜਿਹੜਾ ਸਾਡੀ ਸੁਸਾਇਟੀ ਨੂੰ ਆਘਾਤ ਲੱਗਿਆ। ਔਰ ਇਹ ਕੌਮਾਂ ਦੀ ਜਿਹੜੀ ਹੈ ਇੱਥੋਂ ਤੱਕ ਹੀ ਸਾਡਾ ਸਮਾਜ ਸੀਮਿਤ ਹੋ ਗਿਆ। ਔਰ ਜੈਂਡਰ ਡਿਸਕ੍ਰਿਮੀਨੇਸ਼ਨ ਇਸ ਨਾਲ ਗ੍ਰਸਤਿਆ ਪਿਆ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਸਾਰੀ ਸ੍ਰਿਸ਼ਟੀ, ਸਾਰੀ ਮਨੁੱਖਤਾ, ਮਨੁੱਖ ਜਾਤੀ ਇੱਕੋ ਸਿਰਜਣਹਾਰ ਦੀ ਸਿਰਜੀ ਹੋਈ ਹੈ। ਔਰ ਜੇ ਸਿਰਜਣਹਾਰ ਸਾਂਝਾ ਹੈ ਤਾਂ ਫਿਰ ਵਿਰੋਧ ਕਾਹਦਾ, ਮੇਰ ਤੇਰ ਕਾਹਦੀ। ਔਰ ਬੜੀ ਖੂਬਸੂਰਤ ਲਾਈਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪੱਛਮੀ ਸੱਭਿਆਚਾਰ ਦੇ ਵਿੱਚ ਜਿਹੜੀ ਮਨੁੱਖੀ ਬਰਾਬਰੀ ਦੀ ਮੈਂ ਗੱਲ ਕੀਤੀ ਹੈ ਤਾਂ ਵੈਸਟ ਦੇ ਵਿੱਚ ਜਦੋਂ ਇਹ ਇਸ ਦਾ ਨਾਰਾ ਚੱਲਿਆ ਸੀ ਤਾਂ ਇਹ ਮਨੁੱਖੀ ਬਰਾਬਰੀ ਨੂੰ ਆਜ਼ਾਦੀ ਤੋਂ ਬਾਅਦ ਦੂਜੇ ਸਥਾਨ 'ਤੇ ਰੱਖਿਆ ਗਿਆ ਸੀ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹ ਮਨੁੱਖੀ ਬਰਾਬਰੀ ਨੂੰ ਆਜ਼ਾਦੀ ਤੋਂ ਪਹਿਲਾਂ ਮੰਨਦਾ ਹੈ, ਕਿਉਂਕਿ ਮਨੁੱਖੀ ਬਰਾਬਰੀ ਨੂੰ ਸਭ ਤੋਂ ਪਹਿਲਾ ਆਦਰਸ਼ ਇਸ ਲਈ ਮੰਨਿਆ ਕਿ ਮਨੁੱਖੀ ਬਰਾਬਰੀ ਨੂੰ ਮਨੁੱਖੀ ਆਜ਼ਾਦੀ ਦੀ ਜ਼ਰੂਰੀ ਸ਼ਰਤ ਮੰਨਿਆ। ਸੱਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰ ਆ ਜੀਓ। ਜਾਂ ਅਗਲੀ ਲਾਈਨ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਕਿ ਬੈ ਕਾਹੂ ਕੋ ਦੇਤ ਨੈ ਬਹਿ ਮਾਨਤ ਆਨ, ਮਨੁੱਖੀ ਬਰਾਬਰੀ ਦੇ ਲਈ ਆਤਮ ਰਾਹ ਹੈ। ਇਸ ਵਿੱਚੋਂ ਹੀ ਮਨੁੱਖੀ ਅਧਿਕਾਰ, ਧਰਮ ਨਿਰਪੱਖਤਾ ਔਰ ਜਿਹੜੀ ਨਾਰੀ ਅਧਿਕਾਰਾਂ ਦੀ ਗੱਲ ਹੈ, ਵੁਮੈਨ ਰਾਈਟਸ ਐਂਡ ਇੰਪਾਵਰਮੈਂਟਸ ਦੀ ਗੱਲ ਜਿਹੜੀ ਇੱਥੇ ਵਾਰ ਵਾਰ ਹੋ ਰਹੀ ਸੀ ਉਹਦੀ ਗੱਲ ਜਿਹੜੀ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਹੈ। ਡਾਕਟਰ ਸਾਹਿਬ ਨੇ ਕਈ ਲਾਈਨਾਂ ਦੱਸੀਆਂ ਵੀ, ਡਾਕਟਰ ਗੁਰਸ਼ਰਨਜੀਤ ਜੀ ਨੇ ਵੀ ਵੁਮੈਨ ਇੰਪਾਵਰਮੈਂਟ ਔਰ ਵੁਮੈਨ ਰਾਈਟ ਦੀ ਗੱਲ ਕੀਤੀ। ਔਰ ਇੱਥੇ ਗੁਰਬਾਣੀ ਵਿੱਚ ਜਿੱਥੇ ਨਾਰੀ ਦੇ ਆਚਾਰ ਵਿਚਾਰ ਨੂੰ ਇੱਕ ਆਦਰਸ਼ ਮਾਡਲ ਦੀ ਤਰ੍ਹਾਂ ਪ੍ਰਵਾਨ ਕੀਤਾ ਗਿਆ, ਉੱਥੇ ਪੂਰੀ ਮਨੁੱਖਤਾ ਨੂੰ ਨਾਰੀ ਦੇ ਸਤਿਕਾਰ ਕਰਨ ਲਈ ਪ੍ਰੇਰਿਆ ਗਿਆ। ਔਰ ਫਿਰ ਉੱਥੇ ਨਾਰੀ ਨੂੰ ਵੀ ਇੱਕ ਆਦਰਸ਼ ਸਮਾਜ ਦੀ ਸਿਰਜਣਾ ਕਰਨ ਲਈ ਸੁਚੇਤ ਕੀਤਾ ਗਿਆ। 500 ਸਾਲ ਪਹਿਲੇ ਗੁਰੂ ਨਾਨਕ ਨੇ ਕਿਹਾ ਸੀ ਜਾਗ ਸਲੋਨੜੀਏ, ਸਲੋਨੜੀਏ ਮੀਨ ਵੁਮੈਨ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਤਾਂ ਮੈਂ ਸਮਝਦਾ ਕਿ ਜਿਸ ਸਮਾਜ ਦੇ ਵਿੱਚ ਵੁਮੈਨ ਅਵੇਅਰ ਹੋ ਜਾਏਗੀ, ਵੁਮੈਨ ਆਪਣੇ ਅਧਿਕਾਰਾਂ ਔਰ ਫਰਜ਼ਾਂ ਪ੍ਰਤੀ ਅਗਰ ਅਵੇਅਰ ਹੋ ਜਾਏਗੀ ਉਹ ਸਮਾਜ ਫਿਰ ਬਹੁਤ ਅੱਗੇ ਜਾਏਗਾ। ਦੂਸਰਾ ਜਿਹੜਾ ਮੈਂ ਪੁਆਇੰਟ ਲਿਆ ਸੀ ਉਹ ਲਿਆ ਸੀ ਮਨੁੱਖੀ ਏਕਤਾ ਅਤੇ ਭਾਈਚਾਰਾ, ਇਹ ਹੈ ਯੂਨਿਟੀ ਐਂਡ ਬ੍ਰਦਰਹੁੱਡ। ਵਿਸ਼ਵ ਪੱਧਰ 'ਤੇ ਅੱਜ ਅਸੀਂ ਦੇਖਦੇ ਹਾਂ ਕਿ ਮਨੁੱਖੀ ਭਾਈਚਾਰੇ, ਮਨੁੱਖੀ ਬਰਾਬਰੀ ਦੀ ਮੰਜ਼ਿਲ ਰਲ ਮਿਲ ਕੇ ਇੱਕ ਦੂਜੇ ਲਈ ਜੀਣ ਦੀ ਮੰਜ਼ਿਲ ਹੈ। ਹਰ ਸਮਾਜੀ ਸੰਗਠਨ ਨੂੰ, ਹਰ ਸੁਸਾਇਟੀ ਨੂੰ ਕੁਛ ਨਿਸ਼ਚਿਤ ਸਿਧਾਂਤਾਂ, ਕਦਰਾਂ ਕੀਮਤਾਂ ਦੀਆਂ ਬੁਨਿਆਦਾਂ ਉੱਤੇ ਖੜ੍ਹਾ ਹੁੰਦਾ ਹੈ। ਔਰ ਜਿਹੜੇ ਇਹ ਸਮਾਜ ਦੇ ਸੁਸਾਇਟੀ ਦੇ ਜਿਹੜੇ ਸਿਸਟਮ ਨੇ, ਇਹ ਇਨਸਾਨ ਅਤੇ ਇਨਸਾਨੀ ਰਿਸ਼ਤਿਆਂ ਨੇ ਇਸ ਦੁਨੀਆਂ ਨੂੰ ਖੂਬਸੂਰਤ ਬਣਾਉਣਾ ਹੁੰਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਵਿਅਕਤੀ ਅਤੇ ਸਮਾਜ ਨੂੰ ਇੱਕ ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਲਈ ਮਨੁੱਖ ਅਤੇ ਸਮਾਜ ਦੋਹਾਂ ਦਾ ਪੂਰਨ ਕਾਇਆ ਕਲਪ ਕੀਤੇ ਬਿਨਾਂ ਆਜ਼ਾਦ ਵਾਤਾਵਰਨ ਕਾਇਮ ਨਹੀਂ ਹੋ ਸਕਦਾ, ਜੋ ਕਿ ਮਨੁੱਖ ਹਸਤੀ ਦੇ ਪੂਰਨ ਵਿਕਾਸ ਲਈ ਜ਼ਰੂਰੀ ਸ਼ਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮਨੁੱਖੀ ਰਿਸ਼ਤਿਆਂ ਵਿੱਚ ਪਿਆਰ ਅਤੇ ਸਹਿਨਸ਼ੀਲਤਾ ਦੀ ਖੁਸ਼ਬੂ ਪੈਦਾ ਕਰ ਸਕਦੇ ਹਨ। ਔਰ ਵਿਸ਼ਵ ਪੱਧਰ 'ਤੇ ਮਨੁੱਖੀ ਭਾਈਚਾਰੇ ਦੀ ਮੰਜ਼ਿਲ ਰਲ ਮਿਲ ਕੇ
ਇੱਕ ਦੂਜੇ ਲਈ ਜੀਣ ਦੀ ਮੰਜ਼ਿਲ ਹੈ। ਔਰ ਬੜੀ ਖੂਬਸੂਰਤ ਫਿਰ ਉਹ ਲਾਈਨ ਗੁਰੂ ਗ੍ਰੰਥ ਸਾਹਿਬ ਦੀ ਕਿ ਸਭ ਕੋ ਮੀਤ ਹਮ ਆਪਣਾ ਕੀ ਨਾਮ ਹਮ ਸਭਨਾ ਕੇ ਸਾਜਨ। ਉਸ ਤੋਂ ਬਾਅਦ ਦੂਸਰੀ ਲਾਈਨ ਮੈਂ ਇੱਕ ਲਿਖੀ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਯਾਨੀ ਗੁਰਬਾਣੀ ਦਾ ਇਹ ਸਿਧਾਂਤ ਮਨੁੱਖੀ ਏਕਤਾ ਉੱਤੇ ਭਾਈਚਾਰੇ ਲਈ ਮਾਰਗ ਦਰਸ਼ਕ ਹੈ। ਤੀਸਰੀ ਜਿਹੜਾ ਮੇਰਾ ਪੁਆਇੰਟ ਹੈ ਉਹ ਹੈ ਸੱਚਾ ਚਰਨ ਟਰੁੱਥਫੁੱਲ ਲਿਵਿੰਗ। ਔਰ ਮੈਂ ਬੈਠਾ ਦੇਖ ਰਿਹਾ ਸੀ ਕਿ ਇਹ ਸ਼ਾਇਦ ਮਾਤਾ ਸੁੰਦਰੀ ਕਾਲਜ ਦਾ ਲੋਗੋ ਹੈ, ਐਲਬਮ ਹੈ ਜਿਹੜਾ ਤੁਸੀਂ ਲਿਖਿਆ। ਤਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਦਾਚਾਰ ਨੂੰ ਬਹੁਤ ਮਹੱਤਵ ਦਿੱਤਾ ਗਿਆ। ਸੱਚੋ ਰੇ ਸਭ ਕੋ ਉੱਪਰ ਸੱਚਾਚਾਰ, ਟਰੁੱਥ ਇਜ਼ ਅਬਾਊ ਐਵਰੀਥਿੰਗ, ਟਰੂ ਕਰੈਕਟਰ ਇਜ਼ ਅਬਾਊ ਆਲ, ਜਾਂ ਟਰੂ ਲਿਵਿੰਗ ਇਜ਼ ਅਬਾਊ ਆਲ। ਸਮਾਜ ਵਿੱਚ ਜੀਵਨ ਬਣਾਉਣ ਦੀ ਗੱਲ ਹੈ। ਸਦਾਚਾਰੀ ਮਨੁੱਖ ਉਹ ਨਹੀਂ ਜਿਸ ਨੂੰ ਸਦਾਚਾਰ ਦੀ ਵਾਕਫੀਅਤ ਹੈ, ਸਗੋਂ ਉਹ ਹੈ ਜਿਸ ਨੂੰ ਅਮਲ ਵਿੱਚ ਲਿਆਉਂਦਾ ਜਾਵੇ। ਕਿਸੇ ਵੀ ਕੌਮ ਦਾ, ਕਿਸੇ ਵੀ ਸਮਾਜ ਦਾ, ਕਿਸੇ ਵੀ ਦੇਸ਼ ਦਾ ਆਚਰਨ ਉੱਥੇ ਦੇ ਲੋਕਾਂ ਦੇ ਆਚਰਨ ਨਾਲ ਸੰਬੰਧਿਤ ਹੁੰਦਾ ਹੈ। ਪਰ ਇੱਕ ਸੱਚਾ ਪੂੰਜੀ ਨਿਵੇਸ਼, ਇੱਕ ਸੱਚਾ ਕੈਪੀਟਲਿਜ਼ਮ ਕਹਿ ਲਓ ਜਾਂ ਇਹ ਜਿਹੜਾ ਇਕਨੋਮਿਕ ਸਿਸਟਮ ਹੈ ਉਹ ਕਿਵੇਂ ਕੀਤਾ ਜਾਵੇ, ਇੱਕ ਸੱਚਾ ਵਪਾਰ ਕਿਵੇਂ ਕੀਤਾ ਜਾਵੇ, ਕਮਾਲ ਹੈ। ਇਹਨਾਂ ਪ੍ਰਸ਼ਨਾਂ ਦਾ ਉੱਤਰ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜੀ ਖੂਬਸੂਰਤ ਲਾਈਨ ਹੈ, ਗੁਰਮੁਖ ਵਣਜ ਕਰੇ ਪ੍ਰਭ ਪਾਵੇ। ਵਣਜ ਮੀਨ ਹੈ ਬਿਜ਼ਨਸ, ਵਣਜ ਮੀਨ ਵਪਾਰ। ਗੁਰਮੁਖ ਵਣਜ ਕਰੇ ਪ੍ਰਭ ਪਾਵੇ, ਪੂੰਜੀ ਸਾਬਤ ਰਾਸ ਸਲਾਮਤ, ਚੁੱਕਾ ਜਮਖਾ ਫਾਹ ਹੈ। ਯਾਨੀ ਇੱਕ ਆਦਰਸ਼ ਮਨੁੱਖ ਉਹ ਹੈ ਜੋ ਪਰਮਾਤਮਾ ਦੀ ਹੋਂਦ ਸਵੀਕਾਰਦੇ ਹੋਏ ਵਣਜ ਕਰੇ, ਵਪਾਰ ਕਰੇ। ਯਾਨੀ ਐਸਾ ਵਪਾਰ ਕਰੇ ਜਿਸ ਨਾਲ ਕਿਸੇ ਵੀ ਮਨੁੱਖ ਨਾਲ ਬੇਇਨਸਾਫ਼ੀ ਨਾ ਹੋਵੇ। ਔਰ ਜੇ ਕੋਈ ਵਪਾਰ ਕਰਦੇ ਕਿਸੇ ਦਾ ਹੱਕ ਮਾਰੇ ਤਾਂ ਉਸ ਲਈ ਵੀ ਗੁਰਬਾਣੀ ਇੱਕ ਸੇਧ ਦਿੰਦੀ ਹੈ, ਉਸ ਲਈ ਵੀ ਗੁਰਬਾਣੀ ਨੇ ਇੱਕ ਫੁਰਮਾਨ ਕੀਤਾ ਹੈ। ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿੰਨ ਕਿਉਂ ਨਿਰਮਲ ਚੀਤ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਮਝਾਇਆ ਗਿਆ ਹੈ। ਔਰ ਇਹ ਸਾਰੀ ਧਰਤੀ ਬੜੇ ਵੱਡੇ ਖਣਿਜ ਮਾਲ ਧਨ ਨਾਲ ਭਰੀ ਪਈ ਹੈ। ਕੇਵਲ ਇਸ ਦਾ ਸ਼ੋਸ਼ਣ ਜੋ ਹੋ ਰਿਹਾ ਉਹ ਵਰਤਨ ਦੇ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਹੈ ਕਿੱਥੇ ਨਾ ਕਿੱਥੇ ਡਿਫੈਕਟ ਉਹਦੇ 'ਚ ਹੈ। ਔਰ ਇਹ ਮਨੁੱਖੀ ਭਾਈਚਾਰੇ ਦੇ ਸਿਧਾਂਤ ਨਾਲ ਇਸ ਜਿਹੜਾ ਮਨੁੱਖ ਜਿਹੜਾ ਡਿਸਟ੍ਰੀਬਿਊਸ਼ਨ ਸਿਸਟਮ ਹੈ ਇਸ ਨੂੰ ਅਗਰ ਠੀਕ ਕਰ ਲਿਆ ਜਾਏ ਤਾਂ ਸਾਡੀ ਸੋਸ਼ੋ ਔਰ ਇਕਨੋਮਿਕਸ ਜਿਹੜੇ ਹਾਲਾਤ ਨੇ ਉਹ ਹੋਰ ਬਹੁਤ ਬਿਹਤਰ ਬਣ ਸਕਦੇ ਨੇ। ਅਗਲਾ ਮੈਂ ਰੱਖਿਆ ਜੀ ਪ੍ਰੇਮ ਭਾਵ, ਹਾਰਮਨੀ। ਫਰਾਇਡ ਅਤੇ ਮਾਰਕਸ ਤੋਂ ਪ੍ਰਭਾਵਿਤ ਇੱਕ ਬੜੇ ਵੱਡੇ ਫਿਲਾਸਫਰ ਹੋਏ ਨੇ ਮਾਰਕੋਜ਼। ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ, ਬੜੀ ਮਸ਼ਹੂਰ ਕਿਤਾਬ ਦੇ ਵਿੱਚ ਲਿਖਿਆ ਕਿ ਪੂੰਜੀ ਵਧਾਉਣ ਦੀ ਇੱਛਾ, ਕੈਪੀਟਲ ਜਾਂ ਪੈਸਾ ਵਧਾਉਣ ਦੀ ਇੱਛਾ ਨਾਲ ਵਾਲਾ ਸਮਾਜ ਲੋਕਾਂ ਦੇ ਜੀਣ ਵਿੱਚ ਪ੍ਰੇਮ ਭਾਵ ਨੂੰ ਮਨਫੀ ਕਰ ਦਿੰਦਾ। ਯਾਨੀ ਉੱਥੇ ਲੋਕਾਂ ਦਾ ਆਪਸ ਵਿੱਚ ਪ੍ਰੇਮ ਭਾਵ ਹੋ ਹੀ ਨਹੀਂ ਸਕਦਾ ਜਿੱਥੇ ਪੈਸਾ ਪ੍ਰਧਾਨ ਹੋਏਗਾ। ਔਰ ਅਸੀਂ ਇਹ ਦੇਖ ਰਹੇ ਹਾਂ ਅੱਜ ਕੱਲ੍ਹ ਆਪਣੇ ਇਰਦ ਗਿਰਦ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਨਫ਼ਰਤ ਛੱਡ ਕੇ ਪਿਆਰ ਕਰਨ ਦਾ ਇਲਾਹੀ ਸੰਦੇਸ਼ ਦਿੰਦਾ। ਅੱਜ ਅਸੀਂ ਆਪਣੇ ਸਮਾਜ, ਦੇਸ਼, ਪੂਰੀ ਦੁਨੀਆ ਵਿੱਚ ਇੱਕ ਦੂਜੇ ਲਈ ਮੰਦ ਭਾਵਨਾ, ਦਵੈਤ, ਈਰਖਾ, ਵੈਰ, ਡਰ, ਕਾਇਰਤਾ, ਸਹਿਮ ਦੇਖ ਰਹੇ ਹਾਂ। ਅਤਵਾਦ ਅੱਜ ਦੁਨੀਆ ਦਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਮਨੁੱਖਤਾ ਲਈ ਇੱਕ ਸੰਦੇਸ਼ ਹੈ ਕਿ ਮਤਭੇਦ ਹੁੰਦੇ ਹੋਏ ਵੀ ਮਨਭੇਦ ਨਹੀਂ ਆਉਣੇ ਚਾਹੀਦੇ। ਔਰ ਫਿਰ ਉਹੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਿ ਵੀ ਆਰ ਨਾਟ ਗੁੱਡ ਨੋ ਵਨ ਇਜ਼ ਬੈਡ। ਅਗਰ ਇੱਕ ਲਾਈਨ ਹਰ ਬੰਦਾ ਆਪਣੇ ਆਪ ਦੇ ਉੱਤੇ ਲਾਗੂ ਕਰ ਲਏ, ਜਿਵੇਂ ਸੈਲਫ ਰਿਲਾਈਜੇਸ਼ਨ ਦੀ ਡਾਕਟਰ ਸ਼ਮਸ਼ੇਰ ਸਿੰਘ ਜੀ ਨੇ ਗੱਲ ਕੀਤੀ ਹੈ, ਤੇ ਮੈਂ ਨਹੀਂ ਸਮਝਦਾ ਕਿ ਦੁਨੀਆਂ ਦੇ ਵਿੱਚ ਕੋਈ ਕਲੇਸ਼ ਜਾਂ ਸਾਡੇ ਪਰਿਵਾਰਾਂ ਦੇ ਵਿੱਚ ਜੋ ਅੱਜ ਅਨਰੈਸਟ ਹੈ ਇਹ ਹੋਏਗਾ। ਔਰ ਜੇ ਕੋਈ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਡਾਲ ਲਵੇ ਤਾਂ ਫਿਰ ਕੋਈ ਸਮੱਸਿਆ ਹੀ ਨਹੀਂ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਲਾਈਨਾਂ ਨੇ ਕਿ ਹੱਕ ਪਰਾਇਆ ਨਾਨਕਾ ਸੂਰਸ ਗਾਏ, ਕਿਸੇ ਦਾ ਹੱਕ ਨਹੀਂ ਮਾਰਨਾ।
ਧਰਮ ਨਿਰਪੇਖਤਾ ਦੀ ਇਸ ਲਾਈਨ ਨੇ ਧਰਮ ਨਿਰਪੇਖਤਾ ਦੀ ਨੀਂਹ ਰੱਖੀ। ਔਰ ਇਸੇ ਤਰ੍ਹਾਂ ਟੈਰੋਰਿਜ਼ਮ ਦੀ ਗੱਲ ਪ੍ਰਿੰਸੀਪਲ ਮੈਮ ਨੇ ਵੀ ਕੀਤੀ ਸੀ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਉਹ ਟੈਰੋਰਿਜ਼ਮ ਹੈ। ਹੁਣ ਵੀ ਅਸੀਂ ਹੈ 2-3 ਦਿਨ ਪਹਿਲੇ ਦਿੱਲੀ ਵਿੱਚ ਜੋ ਹੋਇਆ, ਅਤੇ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੂਬਸੂਰਤ ਲਾਈਨ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਆ ਉਬਾਰ। ਅਤਵਾਦ ਨੂੰ ਠੱਲ ਪਾਉਣ ਲਈ ਗੁਹਾਰ ਹੈ, ਔਰ ਜੇ ਸਾਰੇ ਵਿਸ਼ਵ ਨੂੰ ਕਲਾਵੇ ਵਿੱਚ ਲੈਣਾ ਹੈ ਤਾਂ ਪ੍ਰੇਮ ਹੀ ਸਭ ਤੋਂ ਵੱਡਾ ਮਾਧਿਅਮ ਹੈ। ਏਕ ਪਿਤਾ ਏਕ ਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਉਸ ਤੋਂ ਅਗਲਾ ਜਿਹੜਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਅੱਜ ਦੇ ਸੋਸ਼ੋ ਇਕਨੋਮਿਕਸ ਨੂੰ ਜੋ ਪ੍ਰਭਾਵਿਤ ਕਰ ਸਕਦਾ ਉਹ ਹੈ ਸਮਾਜ ਸੇਵਾ, ਸੇਵਾ ਦਾ ਕੰਸੈਪਟ। ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਆਦਰਸ਼ਾਂ ਵਿੱਚ ਇੱਕ ਬਹੁਤ ਅਹਿਮ ਆਦਰਸ਼ ਸੇਵਾ ਦਾ ਸੰਕਲਪ ਹੈ, ਔਰ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਸੇਵਾ ਦੇ ਸੰਕਲਪ ਨੂੰ ਜ਼ਰੂਰੀ ਮੰਨਿਆ ਗਿਆ। ਦਰਅਸਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਇੱਕ ਵੇ ਆਫ ਲਾਈਫ ਹੈ, ਜੀਵਨ ਜਾਚ ਹੈ। ਗੁਰਬਾਣੀ ਵਿੱਚ ਗੁਰੂ ਦੀ ਸੇਵਾ ਦੀ ਥਾਂ ਥਾਂ 'ਤੇ ਜ਼ਿਕਰ ਆਇਆ, ਔਰ ਗੁਰੂ ਦੀ ਸੇਵਾ ਦੇ ਦੋ ਪੱਖ ਹਨ, ਇੱਕ ਆਤਮਕ ਔਰ ਦੂਸਰਾ ਵਿਵਹਾਰਕ। ਆਤਮਕ ਪੱਖ ਵਿੱਚ ਸ਼ਬਦ ਗੁਰੂ ਦੀ ਗੱਲ ਹੈ, ਇਸ ਲਈ ਸ਼ਬਦ ਗੁਰੂ ਦਾ ਵਿਚਾਰ ਕਰਨਾ ਔਰ ਉਸ 'ਤੇ ਚੱਲਣਾ ਹੀ ਗੁਰੂ ਦੀ ਸੇਵਾ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ। ਅਤੇ ਵਿਵਹਾਰਕ ਪੱਖ ਪਰਮਾਤਮਾ ਦੀ ਕੁਦਰਤ ਨਾਲ ਜੁੜਿਆ ਹੋਇਆ ਹੈ, ਸਾਰੀ ਮਨੁੱਖਤਾ ਵਿੱਚ ਉਸ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੈ, ਇਸ ਲਈ ਮਨੁੱਖ ਦੀ ਸੇਵਾ ਅਤੇ ਸਮਾਜ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਆਦਰਸ਼ ਨਾਲ ਸਮਾਜ ਵਿੱਚ ਲੋਕਾਂ ਨੂੰ ਜੀਵਨ ਜਾਚ ਸਿਖਾਈ, ਸਮਾਜ ਵਿੱਚ ਇੱਕ ਨਸ਼ਿਆਂ ਦੀ ਜਿਹੜੀ ਬੜੀ ਵੱਡੀ ਪ੍ਰੋਬਲਮ ਹੈ ਸਾਡੇ ਬੱਚਿਆਂ ਵਿੱਚ, ਅਸੀਂ ਕਾਲਜਾਂ ਵਿੱਚ ਸਕੂਲਾਂ ਵਿੱਚ ਕਿਉਂਕਿ ਵਿਚਰਦੇ ਹਾਂ ਔਰ ਦੇਖਦੇ ਹਾਂ ਕਿ ਸਾਡੇ ਸਕੂਲਾਂ ਤੱਕ ਜਿਹੜੀ ਹੈ ਬੱਚੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਨੇ, ਉਹ ਇੱਕ ਬੜੇ ਅੱਜ ਸਾਡੇ ਸਮਾਜ ਦੀ ਬਹੁਤ ਬਹੁਤ ਵੱਡੀ ਸਮੱਸਿਆ ਹੈ। ਔਰ ਉਸ ਲਈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦੀ ਇੱਕ ਲਾਈਨ ਹੈ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਲੇ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਾਈ, ਖਸਮੈ ਧੱਕੇ ਖਾਏ। ਔਰ ਇਸੇ ਤਰ੍ਹਾਂ ਜਿਹੜੀ ਹੈ ਸਮਾਜ ਸੇਵਾ ਦੇ ਵਿੱਚ ਇੱਕ ਹੋਰ ਹਰ ਮਨੁੱਖ ਨੂੰ ਆਪਣੀ ਸੈਲਫ ਰਿਸਪੈਕਟ ਲਈ ਇੱਕ ਹਲੂਣਾ ਦਿੱਤਾ ਗਿਆ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਹੀਂ ਮਨੁੱਖ ਨੂੰ ਸਮਾਜ ਵਿੱਚ ਸੈਲਫ ਰਿਸਪੈਕਟ ਨਾਲ ਜੀਣ ਦੀ ਸੇਧ ਮਿਲਦੀ ਆ। ਹੁਣ ਮੈਂ ਲਾਸਟ ਜਿਹੜਾ ਇਕਨੋਮਿਕਸ ਨਾਲ ਬਹੁਤ ਜੁੜਿਆ ਹੈ, ਕਿਉਂਕਿ ਦੇਖੋ ਸੋਸ਼ਲ ਔਰ ਇਕਨੋਮਿਕਸ ਜਿਹੜੇ ਦੋ ਐਸਪੈਕਟ ਨੇ, ਕਿਸੇ ਵੀ ਦੇਸ਼ ਦੀ ਕਿਸੇ ਵੀ ਸਮਾਜ ਦੀ ਜਿਹੜੀ ਇਕਨੋਮਿਕਸ ਹੈ ਉਹ ਬਿਨਾਂ ਚੰਗੀ ਸੁਸਾਇਟੀ ਦੇ ਨਹੀਂ ਹੋ ਸਕਦੀ, ਔਰ ਕਿ ਜਿਸ ਸਮਾਜ ਦੀ ਅੱਛੀ ਇਕਨੋਮਿਕਸ ਨਹੀਂ ਉਹਦੀ ਸੁਸਾਇਟੀ ਅੱਛੀ ਨਹੀਂ ਬਣ ਸਕਦੀ। ਤੋ ਇਹ ਜਿਹੜਾ ਕਿਰਤ ਦਾ ਸਿਧਾਂਤ ਹੈ ਇਹ ਬੜਾ ਰੈਲੀਵੈਂਟ ਮੈਂ ਸਮਝਦਾ ਕਿ ਅੱਜ ਦੇ ਇਸ ਟੋਪਿਕ ਦੇ ਉੱਤੇ ਸੈਮੀਨਾਰ ਦੇ ਵਿੱਚ ਹੈ। ਕਾਰਲ ਮਾਰਕਸ ਨੇ ਜਿਸ ਸਮਾਜ ਦਾ ਪ੍ਰਚਾਰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੀਤਾ, ਉਸ ਸਮਾਜਵਾਦ ਦਾ ਸੰਕਲਪ 17ਵੀਂ ਸ਼ਤਾਬਦੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਰੂਪ ਵਿੱਚ ਸਾਡੇ ਇੰਡੀਆ ਦੇ ਵਿੱਚ, ਭਾਰਤ ਵਿੱਚ ਪ੍ਰਗਟ ਹੋਇਆ। ਕਾਰਲ ਮਾਰਕਸ ਦਾ ਸਮਾਜਵਾਦ ਦਾ ਸਿਧਾਂਤ ਧਰਮ ਦੀ ਵਿਰੋਧਤਾ ਕਰਦਾ। ਡਾਕਟਰ ਗੁਰਸ਼ਰਨਜੀਤ ਜੀ ਨੇ ਦੱਸਿਆ ਕਿ ਉਹ ਕਹਿੰਦਾ ਧਰਮ ਅਫੀਮ ਹੈ, ਕਿਉਂਕਿ ਕਾਰਲ ਮਾਰਕਸ ਅਨੁਸਾਰ ਧਰਮ ਲੋਕਾਂ ਨੂੰ ਵਿਹਲੜ ਅਤੇ ਨਿਕੰਮਾ ਬਣਾ ਦਿੰਦਾ। ਲੇਕਿਨ ਗੁਰਬਾਣੀ ਵਿੱਚ ਇੱਥੇ ਮੈਂ ਗੱਲ ਦੱਸਾਂ ਕਿ ਹੈਨਰੀ ਫੋਰਡ ਉਸਨੇ ਇੱਕ ਗੱਲ ਕਹੀ ਕਿ ਕੰਮ ਕਰਨਾ, ਸਿਰ ਤੋੜ ਕੇ ਮਜ਼ਦੂਰੀ ਕਰਨੀ ਰੂਹਾਨੀ ਪ੍ਰਵਿਰਤੀ ਹੈ, ਔਰ ਕੰਮ ਕਰਨ ਦੀ ਆਦਤ ਅਜਿਹੀ ਬੁਨਿਆਦ ਹੈ ਜਿਸ ਨਾਲ ਇੱਕ ਆਈਡੀਅਲ ਰਾਜ ਸਥਾਪਿਤ ਹੋ ਸਕਦਾ ਹੈ। ਇਹੀ ਗੱਲ ਅੱਜ ਤੋਂ 400 ਸਾਲ ਪਹਿਲੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਔਰ ਗੁਰੂ ਗ੍ਰੰਥ ਸਾਹਿਬ ਅਨੁਸਾਰ ਕਹਿੰਦੇ ਨੇ ਕਿ ਸਮਾਜ ਅਤੇ ਆਰਥਿਕ ਵਿਕਾਸ ਦਾ ਸੰਕਲਪ ਇਸ ਗੱਲ ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ ਹੈ, ਇਸ ਗੱਲ ਨਾਲ ਸੰਬੰਧਿਤ ਹੋਣਾ ਚਾਹੀਦਾ ਕਿ ਉਸ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਵਿਕਾਸ ਕਰਨ ਦੀ ਇੱਛਾ ਅਤੇ ਅਹਿਸਾਸ ਉਤਪੰਨ ਹੋਵੇ, ਕੰਮ ਕਰਨ ਦਾ ਅਹਿਸਾਸ ਤੁਹਾਨੂੰ ਆਪਣੇ ਆਪ ਅੰਦਰੋਂ ਆਏ।
ਤੇ ਇਸ ਲਈ ਬੜੀ ਵਧੀਆ ਲਾਈਨ ਕਿ ਉਸ ਸਮਾਜ ਦੇ ਜਿਹੜੀ ਮੈਂ ਅਹਿਸਾਸ ਦੀ ਗੱਲ ਕੀਤੀ ਉਦਮ ਕਰੇਦਿਆਂ ਜਿਉਂ ਤੂੰ ਕਮਾਉਂਦਿਆਂ ਸੁੱਖ ਪੁੰਜ। ਇਸ ਗੱਲ ਦੀ ਪੜੋੜਤਾ ਕਰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੇ ਹਰ ਮਨੁੱਖ ਨੂੰ ਕਿਰਤੀ ਹੋਣ ਲਈ ਪ੍ਰੇਰਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਿਧਾਂਤ ਸਮਾਜ ਵਿੱਚ ਰਹਿ ਕੇ ਜੀਵਨ ਦੇ ਰੋਜ਼ਾਨਾ ਕੰਮ ਕਾਰ ਕਰ ਰਹੇ ਰੋਜ਼ਾਨਾ ਕੰਮ ਕਾਰ ਕਰ ਰਹੇ ਕਿਰਤੀ ਲੋਕਾਂ ਦਾ ਧਰਮ ਬਣ ਗਿਆ। ਯਾਨੀ ਕਿਰਤ ਕਰਨਾ, ਨਾਮ ਜਪਣਾ ਔਰ ਫਿਰ ਵੰਡ ਛਕਣਾ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਗੁਰੂ ਸਾਹਿਬਾਨ, ਔਰ ਇਹ ਸਿਰਫ ਉਹਨਾਂ ਨੇ ਲਿਖਿਆ ਹੀ ਨਹੀਂ ਹੈ, ਪ੍ਰੈਕਟੀਕਲੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਨੇ, ਜਿੰਨੇ ਪ੍ਰਵਾਨਿਤ ਭਗਤ ਨੇ, ਗੁਰਸਿੱਖ ਨੇ, ਇੱਥੋਂ ਤੱਕ ਕਿ ਪੰਜ ਪਿਆਰੇ ਜਿਹੜੇ ਇਹ ਕਿਰਤੀ ਸਨ, ਉਹਨਾਂ ਨੇ ਸਮਾਜ ਨੂੰ, ਦੇਸ਼ ਨੂੰ, ਦੁਨੀਆ ਨੂੰ ਇਹ ਖੁਦ ਕਿਰਤ ਕਰਕੇ ਆਪਣੀ ਇੱਕ ਮਿਸਾਲ ਪੇਸ਼ ਕੀਤੀ ਹੈ। ਔਰ ਜੋ ਕਿਰਤੀ ਨਹੀਂ ਉਹ ਗੁਰੂ ਘਰ ਵਿੱਚ ਪ੍ਰਵਾਨਿਤ ਨਹੀਂ ਹੈ। ਕੋਈ ਵੀ ਵਿਹਲਾ ਨਾ ਹੋਵੇ, ਸਮਾਜ 'ਤੇ ਬੋਝ ਨਾ ਬਣੇ, ਇਸ ਤੋਂ ਕਿਸੇ ਨੂੰ ਛੂਟ ਨਹੀਂ ਔਰ ਕਿਸੇ ਨੂੰ ਮਾਫ਼ੀ ਨਹੀਂ। ਔਰ ਫਿਰ ਇਹਦੇ 'ਚ ਇੱਕ ਬੜੀ ਖੂਬਸੂਰਤ ਲਾਈਨ, ਗਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੈ ਸੇ, ਰਾਹੀਂ ਪੂਰੀ ਮਨੁੱਖਤਾ ਨੂੰ ਕਿਰਤ ਕਰਨ ਦਾ ਉਪਦੇਸ਼ ਹੈ। ਇਸ ਨੂੰ ਸਿੱਖੋਨੋਮਿਕਸ ਵੀ ਕਿਹਾ ਗਿਆ। ਕਈ ਫਿਲੋਸਫਰਸ ਨੇ ਇਸ ਲਾਈਨ ਨੂੰ ਗਾਲ ਖਾਏ ਅੱਛੋਂ ਦੇ ਕੁਛ ਹੱਥੋਂ ਦੇ ਰਾਹ ਨਾਨਕ ਰਾਏ ਪਛਾਣੇ ਸੋਏ ਵਿੱਚ ਇਹਨੂੰ ਸਿੱਖੋਨੋਮਿਕਸ ਵੀ ਕਿਹਾ ਗਿਆ। ਔਰ ਕਿਰਤ ਭਾਵ ਹੁੰਦਾ ਕਿ ਆਪਣੇ ਹੱਥਾਂ ਨਾਲ ਮਿਹਨਤ ਨਾਲ ਕੰਮ ਕਰਕੇ ਆਪਣੀ ਜੀਵਿਕਾ ਔਰ ਦਾ ਪ੍ਰਬੰਧ ਕਰਨਾ, ਫਾਰ ਦਾ ਬੈਟਰਮੈਂਟ ਆਫ ਹਿਸ ਫੈਮਿਲੀ, ਫਾਰ ਦਾ ਬੈਟਰਮੈਂਟ ਆਫ ਸੋਸਾਇਟੀ ਐਂਡ ਫਾਰ ਦਾ ਬੈਟਰਮੈਂਟ ਆਫ ਕੰਟਰੀ। ਤੋ ਇਸ ਤਰ੍ਹਾਂ ਇੱਕ ਅੱਗੇ ਇੱਕ ਲਾਈਨ ਬੜੀ ਖੂਬਸੂਰਤ ਹੈ ਕਿ ਹੱਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ, ਵਿਦ ਯੂਅਰ ਹੈਂਡਸ ਐਂਡ ਯੂਅਰ ਫੀਟ ਯੂ ਡੂ ਯੂਅਰ ਵਰਕ ਬਟ ਲੈਟ ਯੂਅਰ ਮਾਇੰਡ ਰਿਮੇਨ ਵਿਦ ਯੂਅਰ ਲਾਰਡ। ਅਤੇ ਮੈਂ ਸਮਝਦਾ ਕਿ ਜਿਹੜਾ ਕਿਰਤ ਕਰਨਾ, ਨਾਮ ਜਪਣਾ ਔਰ ਵੰਡ ਛਕਣਾ, ਇਹ ਇਤਨੀ ਖੂਬਸੂਰਤ ਗੁਰੂ ਨਾਨਕ ਦੀ ਇੱਕ ਫਿਲੋਸਫੀ ਦੁਨੀਆ ਨੂੰ ਦਿੱਤੀ ਗਈ ਹੈ ਕਿ ਕਿਰਤ ਕਰਨੀ, ਧਰਮ ਕਿਸੇ ਵੀ ਧਰਮ ਦੇ ਵਿੱਚ ਪਹਿਲੇ ਕਿਰਤ ਨੂੰ ਰੱਖਿਆ ਫਿਰ ਨਾਮ ਜਪਣ ਦੀ ਗੱਲ ਕੀਤੀ ਹੈ। ਔਰ ਜਿਹੜਾ ਨਾਮ ਜਪਣਾ ਹੈ, ਜਾਂ ਨਾਮ ਜਪਣਾ ਕੀ ਹੈ, ਦ ਫੀਲਿੰਗ ਆਫ ਦਾ ਐਗਜ਼ਿਸਟੈਂਸ ਆਫ ਗਾਡ ਇਨ ਟੂ ਯੂਅਰ ਸੈਲਫ। ਜਿਹੜਾ ਹਰ ਟਾਈਮ ਫੀਲ ਕਰੇਗਾ ਰੱਬ ਹੈ ਔਰ ਫਿਰ ਉਹ ਕਿਰਤ ਕਰੇਗਾ, ਉਹ ਕਿਰਤ ਫਿਰ ਜਿਹੜੀ ਹੈ ਉਹ ਇਮਾਨਦਾਰਾਨਾ ਕਿਰਤੀ ਕਰੇਗਾ। ਔਰ ਜਿਹੜੀ ਫਿਰ ਵੰਡ ਛੱਕਣ ਦੀ ਗੱਲ ਹੈ, ਅਸੀਂ ਆਮ ਤੌਰ 'ਤੇ ਸਾਡੇ ਕਮਿਊਨਿਟੀ ਦੇ ਵਿੱਚ ਵੰਡ ਛੱਕਣ ਦੀ ਗੱਲ ਲੰਗਰ ਨਾਲ ਹੀ ਜੋੜੀ ਜਾਂਦੀ ਹੈ, ਲੇਕਿਨ ਵੰਡ ਛੱਕਣਾ ਪ੍ਰੇਮ, ਵੰਡ ਛੱਕਣੀ ਹੈ ਦਲੀਲ, ਵੰਡ ਛੱਕਣੀ ਹੈ ਨੌਲੇਜ, ਵੰਡ ਛੱਕਣਾ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣਾ, ਸਪੇਸ ਫਾਰ ਅਦਰਸ। ਮੈਂ ਆਮ ਤੌਰ 'ਤੇ ਗੱਲ ਕਰਦਾ ਕਿ ਅੱਜ ਦੁਨੀਆ ਦੇ ਵਿੱਚ ਇੱਕ ਬੜੀ ਟਰਮ ਚੱਲ ਰਹੀ ਹੈ, ਸਪੇਸ ਫਾਰ ਅਦਰਸ, ਅਤੇ ਇਹ ਵੰਡ ਛੱਕਣ ਦਾ ਜਿਹੜਾ ਕੰਸੈਪਟ ਹੈ ਇਹ ਸਪੇਸ ਫਾਰ ਅਦਰਸ ਨਾਲ ਮਿਲਦਾ। ਹੱਕ ਹਲਾਲ ਦੀ ਕਿਰਤ ਦੇ ਇਸ ਸਿਧਾਂਤ ਨਾਲ ਅੱਜ ਦੀ ਦੁਨੀਆ ਦੀ ਜਿਹੜੀ ਇਕਨੋਮਿਕਸ ਵਿੱਚ ਜੋ ਗੈਪ ਹੈ ਉਸਦਾ ਸਮਾਧਾਨ ਹੈ। ਜਿੱਥੇ ਹਰ ਵਿਅਕਤੀ ਕੰਮ ਕਰੇਗਾ ਉੱਥੋਂ ਦੀ ਆਰਥਿਕਤਾ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਵੇਗਾ, ਇੱਕ ਸੱਚੇ ਸਮਾਜ ਦੀ ਸਿਰਜਣਾ ਹੋਵੇਗੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ਾਂ ਨਾਲ ਕੀਤੀ ਕਿਰਤ, ਲੇਬਰ ਅੰਡਰ ਕੁਰੈਕਟ ਨੌਲੇਜ, ਅੱਜ ਇੱਕ ਬੜੀ ਵਧੀਆ ਟਰਮ ਚੱਲ ਰਹੀ ਹੈ, ਤੁਹਾਨੂੰ ਆਮ ਮਿਲੇਗੀ, ਲੇਬਰ ਵਿਦ ਕੁਰੈਕਟ ਨੌਲੇਜ। ਅਤੇ ਜਿਹੜੀ ਕਿਰਤ ਕਰਨੀ ਹੈ ਔਰ ਨਾਮ ਜਪਣਾ ਵੰਡ ਛਕਣਾ, ਇਹ ਲੇਬਰ ਅੰਡਰ ਕੁਰੈਕਟ ਨੌਲੇਜ ਹੈ। ਔਰ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਅਜਿਹੀਆਂ ਕਦਰਾਂ ਕੀਮਤਾਂ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਨ੍ਹਾਂ ਦਾ ਸੰਬੰਧ ਮਨੁੱਖ ਦੀ ਪਰਸਨੈਲਿਟੀ ਤੋਂ ਲੈ ਕੇ, ਸਾਡੇ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਕੋਰਸ ਹੈ ਤਾਂ ਅਸੀਂ ਉਹਦੇ 'ਚ ਇੱਕ ਟੋਪਿਕ ਵੀ ਰੱਖਿਆ, ਪਰਸਨੈਲਿਟੀ ਡਿਵੈਲਪਮੈਂਟਸ ਇਨ ਗੁਰੂ ਗ੍ਰੰਥ ਸਾਹਿਬ, ਮਾਡਰਨ ਮੈਨੇਜਮੈਂਟ ਪ੍ਰਿੰਸੀਪਲਸ ਇਨ ਗੁਰੂ ਗ੍ਰੰਥ ਸਾਹਿਬ, ਸੋਸ਼ਲ ਮਾਡਲ ਇਨ ਗੁਰੂ ਗ੍ਰੰਥ ਸਾਹਿਬ। ਤੋ ਇਸ ਤਰ੍ਹਾਂ ਦੀਆਂ ਅਸੀਂ ਇਹ ਇੱਥੇ ਟੋਪਿਕ ਰੱਖੇ। ਅਤੇ ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਇਸ ਸੰਬੰਧ ਵਿੱਚ ਮਨੁੱਖ ਦੀ ਪਰਸਨੈਲਿਟੀ ਤੋਂ ਲੈ ਕੇ
ਪਰਿਵਾਰਕ ਵਿਵਸਥਾ, ਸਮਾਜਿਕ ਵਿਵਸਥਾ ਔਰ ਵਿਸ਼ਵ ਵਿਵਸਥਾ ਤੱਕ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਦੀ ਚੇਤਨਾ ਨੂੰ ਵਿਕਸਿਤ ਕਰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੁਨੀਆ ਦੀ ਸਭ ਤੋਂ ਵੱਡੀ ਆਜ਼ਾਦੀ ਹੈ। ਦ ਸਲੇਵਰੀ ਆਫ ਗੁਰੂ ਗ੍ਰੰਥ ਸਾਹਿਬ ਇਜ਼ ਦ ਗ੍ਰੇਟੈਸਟ ਲਿਬਰੇਸ਼ਨ ਔਨ ਦਿਸ ਅਰਥ। ਅੱਜ UNO ਵਿੱਚ ਵਿਸ਼ਵ ਵਿੱਚ ਮਨੁੱਖਤਾ ਲਈ ਜੋ ਜੋ ਕੋਸ਼ਿਸ਼ਾਂ ਕਰ ਰਹੇ ਹਨ, ਹਿਊਮਨ ਰਾਈਟਸ ਦੀਆਂ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਸਾਰੇ ਦੀਆਂ ਸਾਰੀਆਂ 400 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮੋਈਆਂ ਪਈਆਂ ਨੇ। ਗੁਰੂ ਗ੍ਰੰਥ ਸਾਹਿਬ ਸਾਡਾ ਸਿੱਖਾਂ ਦਾ ਸ਼ਬਦ ਗੁਰੂ ਹੈ, ਸਾਡੀ ਜਿੰਦ ਹੈ, ਸਾਡੀ ਜਾਨ ਹੈ। ਪਰ ਇਸ ਦੇ ਨਾਲ ਨਾਲ ਮੈਂ ਵਾਰ ਵਾਰ ਕਹਿੰਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਸਟੋਡੀਅਨ ਹਾਂ, ਬਟ ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਆਲ ਹਿਊਮੈਨਿਟੀ, ਗੁਰੂ ਗ੍ਰੰਥ ਸਾਹਿਬ ਬਿਲੋਂਗ ਟੂ ਆਲ ਯੂਨੀਵਰਸ। ਤੋ ਅੱਜ ਜ਼ਰੂਰਤ ਹੈ ਦੁਨੀਆ ਨੂੰ ਦੱਸਣ ਦੀ ਕਿ ਗੁਰੂ ਗ੍ਰੰਥ ਸਾਹਿਬ ਲੋਕਾਂ ਦੀ ਰੂਹਾਨੀ ਸ਼ਾਂਤੀ ਲਈ, ਸੱਚਾਈ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ, ਇਹਨੂੰ ਪੀਪਲ ਸਕ੍ਰਿਪਚਰ ਵੀ ਕਹਿ ਸਕਦੇ ਹਾਂ, ਵੱਖ ਵੱਖ ਜਾਤਾਂ, ਵਰਨਾ ਵਰਗਾਂ, ਫਿਰਕਿਆਂ ਅਤੇ ਤਬਕਿਆਂ ਵਿੱਚ, ਵੱਖ ਵੱਖ ਸਟੇਟਸ ਦੇ ਵਿੱਚ, ਵਿਚਾਰਾਂ ਅਤੇ ਭਾਸ਼ਾਵਾਂ ਵਿੱਚ ਵੰਡੇ ਹਿੰਦੁਸਤਾਨੀਆਂ ਲਈ, ਇਹਨੂੰ ਨੈਸ਼ਨਲ ਸਕ੍ਰਿਪਚਰ ਕਹਿ ਸਕਦੇ ਹਾਂ, ਰਾਸ਼ਟਰੀ ਗ੍ਰੰਥ, ਅਤੇ ਪੂਰੇ ਵਿਸ਼ਵ ਨੂੰ, ਪੂਰੇ ਬ੍ਰਹਿਮੰਡ ਨੂੰ, ਪੂਰੀ ਯੂਨੀਵਰਸ ਨੂੰ ਇੱਕ ਰੱਖਣ ਲਈ ਇਹਨੂੰ ਕੌਸਮਿਕ ਵਿਜ਼ਨਸ ਸਕ੍ਰਿਪਚਰ ਵੀ ਅਸੀਂ ਕਹਿ ਸਕਦੇ ਹਾਂ। ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਦਿਆ ਹਾਸਲ ਕਰਕੇ ਅਸੀਂ ਪੂਰਨ ਇੱਕ ਆਈਡੀਅਲ ਮਨੁੱਖ ਬਣੀਏ ਔਰ ਮਨੁੱਖ ਬਣਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਪਤਾ ਲੱਗੇ ਸਾਡੇ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਕੀ ਨੇ ਟੂਵਰਡਸ ਔਰ ਫੈਮਿਲੀ, ਟੂਵਰਡਸ ਔਰ ਸੋਸਾਇਟੀ, ਟੂਵਰਡਸ ਔਰ ਕੰਟਰੀ, ਟੂਵਰਡਸ ਕੌਸਮਿਕ। ਜਿਵੇਂ ਜਿਵੇਂ ਅਸੀਂ ਵਧੇਰੇ ਗਿਆਨ ਪ੍ਰਾਪਤ ਕਰਦੇ ਹਾਂ, ਤਿਵੇਂ ਤਿਵੇਂ ਅਸੀਂ ਜ਼ਿੰਦਗੀ ਦੇ ਹੋਰ ਨਜ਼ਦੀਕ ਹੋ ਜਾਂਦੇ ਹਾਂ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੇ ਆਫ ਲਾਈਫ ਹੈ, ਜੀਵਨ ਜਾਚ ਹੈ, ਔਰ ਜੀਵਨ ਜੀਣ ਦੀ ਜਿਹੜਾ ਆਰਟ ਹੈ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲੇਗਾ। ਆਰਟ ਦੇਖਣ ਅਤੇ ਅਪਣਾਉਣ ਦੀ ਆਦਤ ਪਵੇਗੀ, ਤਦ ਹੀ ਆਰਟਿਸਟ ਪੈਦਾ ਹੋਣਗੇ। ਔਰ ਅੱਜ ਦੇ ਸਾਡੇ ਸਮਾਜ ਵਿੱਚ, ਸਾਡੇ ਇਸ ਸੋਸ਼ੋ ਇਕਨੋਮਿਕ ਸਿਸਟਮ ਨੂੰ ਠੀਕ ਕਰਨ ਦੇ ਵਿੱਚ ਸਾਨੂੰ ਆਰਟਿਸਟ ਚਾਹੀਦੇ ਨੇ, ਔਰ ਉਹ ਆਰਟਿਸਟ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਹੋਣ। ਅਤੇ ਅਖੀਰ ਵਿੱਚ ਮੈਂ ਇੰਨੀ ਗੱਲ ਕਰਾਂਗਾ, ਤੁਸੀਂ ਸੈਂਕੜੋ ਵਾਰੇ ਗੱਲ ਸੁਣੀ ਆਉਣੀ ਹੈ, ਪਰ ਮੈਂ ਇਹ ਗੱਲ ਕਹੇ ਤੋਂ ਬਗੈਰ ਨਹੀਂ ਰਹਿ ਸਕਦਾ, ਬੈਟਰਡ ਰਸਲ ਦੀ, ਕਿ ਬੈਟਰਡ ਰਸਲ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਜੋ ਦੁਨੀਆ ਨੂੰ ਇੱਕ ਦੋ ਲਾਈਨਾਂ ਦੇ ਵਿੱਚ ਦੱਸ ਦਿੱਤਾ ਕਿ ਅਗਰ ਇਹ ਦੁਨੀਆ ਅੱਜ ਨਿਸ ਤੋਂ ਨਬੂਦ ਹੋ ਜਾਏ ਔਰ ਕੁਛ ਲੋਕ ਬਚ ਜਾਣ, ਤਾਂ ਉਹਨਾਂ ਦੋਗਾਂ ਬਚੇ ਹੋਏ ਲੋਕਾਂ ਨੂੰ ਅਗਰ ਕੋਈ ਰਾਹ ਦਿਖਾ ਸਕਦਾ, ਕੋਈ ਰੋਸ਼ਨੀ ਦਿਖਾ ਸਕਦਾ, ਸਿਰਫ ਗੁਰੂ ਗ੍ਰੰਥ ਸਾਹਿਬ ਔਰ ਸਿਰਫ ਗੁਰੂ ਗ੍ਰੰਥ ਸਾਹਿਬ।